ਜਦੋਂ ਵੀ ਕਿਤੇ ਕੋਈ ਖੂਨ ਖਰਾਬਾ ਹੁੰਦਾ, ਉਦੋਂ ਚਾਹੇ ਉਹ ਧਾਰਮਿਕ ਆਗੂ ਹੋਣ, ਚਾਹੇ ਉਹ ਰਾਜਨੀਤਿਕ ਆਗੂ ਹੋਣ, ਉਹਨਾਂ ਨੂੰ ਸਿਕਿਉਰਿਟੀ ਮਿਲਦੀ ਹੈ ਜਾਂ ਉਹ ਸਿਕਿਉਰਿਟੀ ਦੀ ਮੰਗ ਕਰਦੇ ਆ। ਜੀ ਜੀ ਪਿਛਲੇ ਦਿਨੀ ਸ਼ਿਵ ਸੈਨਾ ਆਗੂ 'ਤੇ ਜਦੋਂ ਹਮਲਾ ਹੋਇਆ ਜੀ, ਤਾਂ ਉਹਦੇ ਨਾਲ ਜਿਹੜਾ ਮਾਹੌਲ ਉੱਦਾਂ ਦਾ ਇੱਕ ਖੌਫਨਾਕ ਮਾਹੌਲ ਬਣ ਗਿਆ, ਜਿਹਦੇ ਕਰਕੇ ਕੁਛ ਹਿੰਦੂ ਆਗੂਆਂ ਨੂੰ ਵੀ ਸਿਕਿਉਰਿਟੀ ਮਿਲੀ ਹੈ, ਜੀ ਪਰ ਸਿਕਿਉਰਿਟੀ ਦੇ ਨਾਲ ਨਾਲ ਕੁਛ ਸਲਾਹਾਂ, ਕੁਛ ਚੇਤਾਵਨੀਆਂ ਵੀ ਮਿਲੀਆਂ। ਜੀ ਇਹ ਖਬਰ ਨੂੰ ਖੋਲ੍ਹੋ ਜੀ ਥੋੜ੍ਹਾ ਜਿਹਾ। ਨਹੀਂ ਦੇਖੋ, ਗੱਲ ਇਹ ਆ ਕਿ ਜੋ ਵਾਪਰਦਾ ਪਿਆ, ਕੱਲ੍ਹ ਮੈਂ ਕੁਛ ਖਬਰਾਂ ਦੇਖਦਾ ਪਿਆ ਸੀਗਾ, ਮਲਿਕ ਸਾਹਿਬ ਨੇ ਕਿਹਾ ਕਿ ਮੈਨੂੰ ਵੀ ਧਮਕੀ ਮਿਲੀ ਹੈ ਜੀ, ਸ਼ਾਇਦ ਇੱਕ ਦੋ ਹੋਰ ਲੀਡਰ ਆ ਜੀ ਜਿਨ੍ਹਾਂ ਨੇ ਜਾ ਕੇ ਕਿਹਾ ਕਿ ਜੀ ਸਾਨੂੰ ਵੀ ਧਮਕੀਆਂ ਆ ਰਹੀਆਂ। ਹਿੰਦੂ ਲੀਡਰਾਂ ਨੂੰ ਧਮਕੀਆਂ ਕੌਣ ਅਚਾਨ ਚੱਕ ਇੰਨੀਆਂ ਦੇਣ ਲੱਗ ਪਿਆ ਬਈ? ਅਤੇ ਖਾਸ ਤੌਰ 'ਤੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਕੋਲ ਤਾਂ ਇੰਨੀ ਸਿਕਿਉਰਿਟੀ ਆ ਜੀ ਕਿ ਬਈ ਮੈਨੂੰ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰੇਗਾ ਤਾਂ ਉਹਨੂੰ ਹੀ ਭੁਗਤਣੀ ਪੈਣੀ ਆ। ਬਿਲਕੁਲ, ਮਨਜਿੰਦਰ ਸਿੰਘ ਸਿਰਸਾ ਕੋਲ ਬਥੇਰੀ ਸਿਕਿਉਰਿਟੀ ਇਸ ਟਾਈਮ, ਕਿਉਂਕਿ ਦੇਖੋ ਸਿੱਖ ਚਿਹਰੇ ਦੇ ਤੌਰ 'ਤੇ ਜੇ ਤੁਸੀਂ ਵੇਖੋਗੇ ਤਾਂ ਉਹ ਨੈਸ਼ਨਲ ਲੈਵਲ ਦੇ ਲੀਡਰ ਆ। ਜੀ ਜੀ ਬਿਲਕੁਲ, ਉਹੀ ਗੱਲ ਪਰਮਿੰਦਰ ਬਰਾੜ ਹੋ ਰਹੀ, ਉਹ ਘੱਟ ਨਹੀਂ ਹੈਗੇ ਕਿਸੇ ਗੱਲੋਂ ਜੀ, ਉਹਨਾਂ ਦੀ ਅਹਿਮੀਅਤ ਆ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ 'ਚ। ਜੀ ਜੀ, ਅਤੇ ਜਿਹੜੇ ਰਹਿ ਗਏ ਆ ਉਹਨਾਂ ਨੂੰ ਸਿਕਿਉਰਿਟੀ ਹੋਰ ਮਿਲ ਗਈ, ਜਿਨ੍ਹਾਂ ਦੇ ਕੋਲ ਸੀ ਉਹਨਾਂ ਨੂੰ ਤਾਂ ਹੋਰ ਵਧਾ ਦੇਣ। ਜੀ ਜੀ ਜੀ, ਕੰਮ ਨਿਬੜਿਆ। ਪਰ ਗੱਲ ਇਹ ਆ ਕਿ ਜੋ ਕੁਛ ਹੋਰ ਉੱਥੇ ਲੁਧਿਆਣੇ ਦੇ ਲੀਡਰ ਸੀਗੇ ਜੀ, ਜਿਨ੍ਹਾਂ ਦੀ ਸਿਕਿਉਰਿਟੀ ਜਾਂ ਤਾਂ ਘੱਟ ਕੀਤੀ ਗਈ ਜਾਂ ਜਿਨ੍ਹਾਂ ਨੂੰ ਦਿੱਤੀ ਨਹੀਂ ਗਈ, ਉਹਨਾਂ ਦੀ ਇੱਕ ਮੀਟਿੰਗ ਕੱਲ੍ਹ ਜੋ ਕਮਿਸ਼ਨਰ ਆਫ ਪੁਲਿਸ ਆ ਉੱਥੋਂ ਦੇ ਕੁਲਦੀਪ ਚਾਹਲ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਜੀ ਕਿ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਟਸਲ ਵੀ ਚੱਲੀ ਆ। ਜੀ ਜੀ, ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਇੱਕ ਟੇਬਲ ਟਾਕ ਹੁੰਦੀ ਆ, ਮੀਟਿੰਗ ਹੁੰਦੀ ਆ ਜੀ ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਤਕਰੀਬਨ 10 ਕੁ ਕੇਸ ਹੈਗੇ ਨੇ ਜੀ ਇਸ ਤਰ੍ਹਾਂ ਦੇ ਆ, ਜਿਨ੍ਹਾਂ 'ਚ ਜੋ ਹਿੰਦੂ ਆਗੂ ਆ ਸ਼ਖਸੀਅਤਾਂ ਨੇ ਕਿ ਬਈ ਇਹਨਾਂ ਨੂੰ ਅਸੀਂ ਗਨਮੈਨ ਦੇ ਦਿੰਦੇ ਹਾਂ ਜੀ। ਠੀਕ ਹੋ ਗਿਆ, ਚਲੋ ਗਨਮੈਨ ਵੀ ਉਹ ਜੇ ਤਾਂ ਉਹੋ ਜਿਹਾ ਹੀ ਹੋਇਆ ਤਾਂ ਉਹਨੂੰ ਤਾਂ ਦੇਣ ਦੀ ਜ਼ਰੂਰਤ ਨਹੀਂ ਹੈ, ਉਹ ਜਿਹੜਾ ਕਿਨਾਰੇ 'ਤੇ ਖਲੋ ਗਿਆ ਹੁਣ ਉਹਦੀ ਪੜਤਾਲ ਹੋਣ ਡਈ ਆ। ਆਪ ਹੀ ਭਾਜੇ ਜਿਹੜਾ, ਹਾਂਜੀ, ਕਿ ਕਿਤੇ ਇਹ ਜਿਸ ਤਰ੍ਹਾਂ ਦਾ ਇਹ ਮਾਹੌਲ ਬਣਾਈ ਬੈਠਾ ਕਿਤੇ ਇਹ ਤਾਂ ਨਹੀਂ ਸੀ ਰਲਿਆ ਕਿ ਗਨਮੈਨ ਵੀ ਤੁਹਾਡੇ ਜਿਹੜੇ ਉਹ ਬਈ ਐਸੇ ਹੋਣ ਕਿ ਘਟਨਾ ਨੂੰ ਜਿਹੜਾ ਨਾ ਰੋਕ ਲੈਣ ਜਾਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਨੌਬਤ ਸੰਭਾਲ ਸਕਣ, ਬਿਲਕੁਲ ਸੰਭਾਲ ਲੈਣਾ ਜੀ। ਅਤੇ ਦੂਜੀ ਗੱਲ ਇਹ ਆ ਕਿ ਕੁਲਦੀਪ ਚਾਹਲ ਨੇ, ਵੈਸੇ ਕੁਲਦੀਪ ਚਾਹਲ ਬਾਰੇ ਮੈਨੂੰ ਇਹ ਖਬਰ ਮੈਂ ਪੜ੍ਹੀ ਨਹੀਂ ਕਿਤੇ ਜੀ, ਮੈਨੂੰ ਇੱਕ ਦਿਨ ਕਿਸੇ ਸੱਜਣ ਨੇ ਦੱਸਿਆ ਸੀਗਾ ਕਿ ਕੁਲਦੀਪ ਚਾਹਲ ਨੇ ਪਿੱਛੇ ਜੇ ਵੀ ਇਹ ਗੱਲ ਕਹੀ ਸੀਗੀ ਕਿ ਜੇਕਰ ਕਿਸੇ ਨੇ ਭੜਕਾਊ ਬਿਆਨਬਾਜ਼ੀ ਕੀਤੀ ਤਾਂ ਅਸੀਂ ਬਈ ਮਾਮਲਾ ਦਰਜ ਕਰਾਂਗੇ ਜੀ। ਹੁਣ ਇਹ ਕੱਲ੍ਹ ਵਾਲੀ ਮੀਟਿੰਗ 'ਚ ਦੱਸਦੇ ਆ ਕਿ ਜੋ ਹਿੰਦੂ ਭਾਈਚਾਰੇ ਦੇ ਲੀਡਰ ਆ ਜੀ, ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਨਾਲ ਨਾਲ ਚਾਹਲ ਸਾਹਿਬ ਇਹ ਕਹਿੰਦੇ ਆ ਕਿ ਬਈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਾਵੇ ਜੀ, ਸਾਰੇ ਸਤਿਕਾਰ ਕਰੋ ਇੱਕ ਦੂਜੇ ਦਾ। ਜੀ ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਸਮਾਜ 'ਚ ਸਟ੍ਰੈਸ ਪੈਦਾ ਕਰਦੀਆਂ ਨੇ, ਆਪਾਂ ਨੂੰ ਪਤਾ ਵੀ ਆ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਹੁਣ ਤਾਂ ਇਹ ਮਾਮਲਾ ਸਮਾਜ 'ਚ ਤਣਾਅ ਦਾ ਹੀ ਨਹੀਂ, ਕਤਲੋਗਾਰਤ ਤੱਕ ਪਹੁੰਚਿਆ ਜੀ, ਅਤੇ ਇਹ ਨਹੀਂ ਪਹੁੰਚਣਾ ਚਾਹੀਦਾ। ਹਿੰਸਾ ਜਿਹੜੀ ਆ ਉਹ ਵਿਚਾਰ ਤੋਂ ਟੱਪ ਕੇ ਜੇ ਤਲਵਾਰ ਤੱਕ ਚਲੇ ਜਾਂਦੀ ਹੈ ਤਾਂ ਮੰਦ ਭਾਗੀ ਆ। ਬਿਲਕੁਲ, ਹੁਣ ਅਗਾਂਹ ਜਿਹੜੇ ਟੰਡਨ ਸਾਹਿਬ ਆ, ਰਾਜੀਵ ਟੰਡਨ ਜੀ ਉੱਥੋਂ ਦੇ ਲੀਡਰ ਆ ਜੀ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਸ਼ਕਤੀ ਪ੍ਰਦਰਸ਼ਨ ਕਰਾਂਗੇ ਜੀ ਲੁਧਿਆਣੇ 'ਚ। ਹੁਣ ਉਹ ਸ਼ਕਤੀ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੋਏਗਾ? ਚਲੋ ਠੀਕ ਹੈ, ਤੁਸੀਂ ਇਕੱਤਰਤਾ ਇਕੱਠ ਤੁਹਾਡਾ ਹੱਕ ਹੈ ਬਾਈ, ਬਿਲਕੁਲ, ਪਰ ਜੇ ਉਹਦੇ ਵਿੱਚ ਫਿਰ ਕੋਈ ਐਸੀ ਵੈਸੀ ਬਿਆਨਬਾਜ਼ੀ ਹੁੰਦੀ ਹੈ, ਫਿਰ ਤੁਹਾਡੇ 'ਤੇ ਕੋਈ ਮਾਮਲਾ ਦਰਜ ਕਰਦੀ ਹੈ ਪੁਲਿਸ, ਫਿਰ ਉਹੀ ਗੱਲ ਆ ਗਈ, ਫਿਰ ਸ਼ਕਤੀ ਪ੍ਰਦਰਸ਼ਨ, ਫਿਰ ਉਹੀ ਚੀਜ਼ਾਂ ਚੱਲਣਗੀਆਂ ਨਾ।
ਤੇ ਨਾਲ ਦੂਸਰੀ ਡਿਮਾਂਡ ਕਰ ਰਹੇ ਆ ਕਿ NSA ਲਾਓ ਇਹਨਾਂ ਤੇ ਜੀ, ਜਿਹੜੇ ਨਿਹੰਗ ਸਿੰਘ ਇਸ ਹਮਲੇ ਚ ਸ਼ਾਮਿਲ ਆ, ਜਿਨ੍ਹਾਂ ਚੋਂ ਦੋ ਤੇ ਸ਼ਾਇਦ ਗ੍ਰਿਫਤਾਰ ਹੋ ਗਏ ਜੀ ਜੀ, 3 ਦਿਨ ਦਾ ਰਿਮਾਂਡ ਕੱਲ ਫਿਰ ਮਿਲ ਗਿਆ ਸੀਗਾ। ਤਾਂ ਮਤਲਬ ਕਿ ਉਹ ਕਹਿ ਰਹੇ ਨੇ ਕਿ ਇਹਨਾਂ ਤੇ NSA ਲਾਓ। ਬਈ NSA ਕਾਹਦੇ ਚਲਾ ਦਿੱਤਾ ਜਾਂਦਾ ਜੀ? ਕੋਈ ਬੰਦਾ ਇਹ ਕਹਿ ਦੇਵੇ ਉੱਠ ਕੇ ਕੱਲ ਨੂੰ ਕਿ ਮੇਰੇ ਪਰਸਨਲ ਇਹਦੇ ਨਾਲ ਮਤਭੇਦ ਸੀ, ਸਾਡੀ ਲੜਾਈ ਇਹ ਆ ਜੀ, ਜਾਂ ਮੈਂ ਆਪਣੇ ਪੱਧਰ ਤੇ ਕੰਮ ਕੀਤਾ ਤਾਂ NSA ਲਾਉਣ ਦਾ ਮੈਨੂੰ ਨਹੀਂ ਲੱਗਦਾ ਤੁੱਕ ਬਣਦਾ, ਕਿਉਂਕਿ ਜੇ NSA ਇਸ ਤਰ੍ਹਾਂ ਲਵਾਓਗੇ ਤਾਂ ਗੱਲ ਫਿਰ ਉਹੀ ਪਾਟਕ ਵਧਣ ਦੀ ਆ। ਬਿਲਕੁਲ, ਸਾਡਾ ਕੰਸਰਨ ਇਹੀ ਆ ਕਿ ਠੀਕ ਆ ਤੁਸੀਂ ਕਹੋ ਕਿ ਜੋ ਜੁਰਮ ਬਣਦਾ ਬਈ ਉਹਨਾਂ ਦੀ ਜਾਂਚ ਪੜਤਾਲ ਕਰੋ, ਕਿਸੇ ਨੇ ਸਾਜਿਸ਼ਨ ਤੇ ਨਹੀਂ ਕਰਵਾਇਆ, ਜੇ ਕੋਈ ਸਾਜਿਸ਼ 'ਚ ਸ਼ਾਮਿਲ ਆ ਜੀ ਉਹਨੂੰ ਵੀ ਨੋਮੀਨੇਟ ਕਰ ਲਓ। ਬਿਲਕੁਲ, ਜੋ ਕਾਇਦੇ ਦੇ ਮੁਤਾਬਕ ਸਜ਼ਾ ਬਣਦੀ ਆ ਉਹ ਭੁਗਤਣ। ਬਿਲਕੁਲ, ਪਰੰਤੂ NSA ਜਾਂ ਇੱਦਾਂ ਦਾ ਕੁਛ ਕਰਕੇ ਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਫਿਰ ਇਹ ਵੀ ਕਹਿ ਦਿਓ ਕਿ ਜੇਕਰ ਸਾਡੇ 'ਚੋਂ ਕੋਈ ਮੰਨ ਲਓ ਭੜਕਾਊ ਜਾਂ ਕਿਸੇ ਭਾਈਚਾਰੇ ਦੇ ਜਨਾਨੀਆਂ ਖਿਲਾਫ ਜਾਂ ਪਰਸਨਲੀ ਕਿਸੇ ਲੀਡਰ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰੂਗਾ, ਫਿਰ ਉਹਨਾਂ 'ਤੇ ਵੀ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨ ਵਾਲਾ ਮੁਕੱਦਮਾ ਕਰੋ। 295 ਨਾ ਲਾਓ ਫਿਰ ਜੀ, 295 ਨਾ ਲਾਓ। ਜੇ ਕੋਈ ਇਸ ਤਰ੍ਹਾਂ ਦਾ ਫਿਰ ਮਾਮਲਾ ਜਾਂਦਾ ਐਕਸਟ੍ਰੀਮ ਲੈਵਲ 'ਤੇ ਤਾਂ ਫਿਰ ਉਹਦੇ 'ਤੇ ਇਹੋ ਜਿਹੀਆਂ ਧਾਰਾਂ ਲੱਗਣੀਆਂ ਚਾਹੀਦੀਆਂ, ਫਿਰ ਇਹ ਵੀ ਡਿਮਾਂਡ ਹੋਣੀ ਚਾਹੀਦੀ ਹੈ ਜੀ। ਅਸੀਂ ਹਿੰਸਾ ਦੀ ਨਿੰਦਾ ਕਰਦੇ ਹਾਂ ਪਰ ਅਸੀਂ ਤਵੱਕੋ ਇਹ ਵੀ ਕਰਦੇ ਹਾਂ ਕਿ ਯਾਰ ਤੁਸੀਂ ਵੀ ਸਮਝ, ਹਾਲਾਂਕਿ ਮੈਂ ਕਦੇ ਵੀ ਬੋਲਣ ਦੀ ਆਜ਼ਾਦੀ ਦਾ ਮੈਂ ਨਹੀਂ ਗਲਾ ਘੁੱਟਣ ਲਈ ਕਹਿ ਸਕਦਾ ਕਿ ਨਹੀਂ ਨਹੀਂ ਹਿੰਦੂ ਭਾਈਚਾਰੇ ਦੇ ਲੀਡਰ ਬਾਈ ਬੋਲਣੋਂ ਹਟ ਜਾਂਦਾ ਹੀ ਚੀਜ਼ ਕਿ ਤੁਹਾਨੂੰ ਆਪਣੇ 'ਤੇ ਆਪ ਹੀ ਇੱਕ ਵਲਗਣ ਲਾ ਲੈਣੀ ਚਾਹੀਦੀ ਹੈ ਕਿ ਅਸੀਂ ਇੰਨਾ ਕੁ ਬਈ ਠੀਕ ਆ ਤੁਸੀਂ ਕਿਸੇ ਚੀਜ਼ ਨੂੰ ਕੱਟਣਾ ਕੱਟੋ ਆਜ਼ਾਦ ਹੋ, ਉਧਰੋਂ ਵੀ ਇਹ ਚੀਜ਼ ਲਾਗੂ ਹੁੰਦੀ ਆ ਕਿ ਬਈ ਤੁਸੀਂ ਵੀ ਆਪਣੇ ਵਿਚਾਰਾਂ 'ਤੇ ਇੱਕ ਵਲਗਣ ਲਾਓ ਜੀ, ਤਾਂ ਕਿ ਜਿਹੜਾ ਤੁਹਾਡਾ ਆਪਸ ਦੇ ਵਿੱਚ ਕੋਈ ਵਿਚਾਰ ਤਕਰਾਰ ਚੱਲਦਾ ਹੈ, ਕੋਈ ਵਿਚਾਰ ਚਰਚਾ ਚੱਲਦਾ ਤਾਂ ਉਹ ਇੱਥੋਂ ਤੱਕ ਨਾ ਪਹੁੰਚੇ, ਸਿਰਫ ਵਿਚਾਰਾਂ ਤੱਕ। ਟੋਲਰੈਂਸ ਦੋਵਾਂ ਪਾਸਿਆਂ ਤੋਂ ਹੋਣੀ ਚਾਹੀਦੀ ਆ। ਟੋਲਰੈਂਸ ਘੱਟ ਰਹੀ ਆ ਜੀ, ਪੰਜਾਬ ਦੇ ਵਿੱਚ ਟੋਲਰੈਂਸ ਘੱਟ ਰਹੀ ਆ, ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਸਮੱਸਿਆ। ਅਤੇ ਦੂਜੀ ਗੱਲ ਇਹ ਆ ਕਿ ਹੁਣ ਦੇਖੋ, ਚਲੋ ਸਾਨੂੰ ਇਹ ਤੇ ਬੋਲਣ ਵਾਲੇ ਲੀਡਰ ਨਜ਼ਰ ਆਉਂਦੇ ਨੇ ਜੀ, ਜਿਹੜਾ ਨੰਗਲ ਦੇ ਵਿੱਚ ਬੱਗਾ ਮਾਰਿਆ ਉਹ ਕਿਤੇ ਕਿੰਨੇ ਕੁ ਭੜਕਾਊ ਬਿਆਨ ਦਿੰਦਾ ਸੀ ਜੀ, ਉਹਦੇ ਬਾਰੇ ਤਾਂ ਸੁਣਿਆ ਹੀ ਨਹੀਂ ਆਪਾਂ ਅਖਬਾਰਾਂ 'ਚ, ਉਹਨੂੰ ਵੀ ਮਾਰ ਦਿੱਤਾ ਜੀ। ਉਹ ਕਿਲਿੰਗ ਜਿਹੜੀ ਹੋਈ ਆ ਉਹ ਕਹਿੰਦੇ ਆ ਕਿ ਬਾਹਰ ਬੈਠੇ ਕਿਸੇ ਸ਼ਖਸ ਨੇ ਕਰਵਾਈ ਹੈ ਜੀ, ਤਾਂ ਸਾਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਰਪੱਖ ਢੰਗ ਨਾਲ ਫਿਰ ਇਹੋ ਜਿਹੀਆਂ ਕਿਲਿੰਗਸ ਨੇ ਜਿਹੜੀਆਂ ਜੀ ਉਹਨਾਂ ਦੀ ਮੁਖਾਲਫਤ ਕਰਨੀ ਚਾਹੀਦੀ ਕਿ ਪੰਜਾਬ ਦੀ ਧਰਤੀ 'ਤੇ ਨਹੀਂ ਹੋਣਾ ਚਾਹੀਦਾ ਜੀ, ਨਾ ਤਾਂ ਭੜਕਾਊ ਬਿਆਨਬਾਜ਼ੀ ਕਰੋ ਜੀ, ਜੇ ਆਲੋਚਨਾ ਹੁੰਦੀ ਹੈ ਕਿਸੇ ਪੱਖ ਤੋਂ ਉਹਨੂੰ ਟੋਲਰੈਂਟ ਕਰੋ, ਪਰ ਟਾਰਗੇਟ ਕਿਲਿੰਗਸ ਕਿਸੇ ਵੀ ਸਮਾਜ ਦੇ ਵਿੱਚ ਹੁੰਦੀਆਂ ਨੇ ਜੀ, ਕਿਸੇ ਵੀ ਫਿਰਕੇ ਦੀ ਹੁੰਦੀਆਂ, ਤਾਂ ਉਹ ਨਿੰਦਣਯੋਗ ਨੇ। ਬਿਲਕੁਲ ਜੀ ਜੀ। ਮਿੰਟੂ ਜੀ, ਇੱਕ ਛੋਟੇ ਕੁੱਟ ਹੋਰਾਂ ਦਾ ਆਪਾਂ ਕੰਟਰੀਬਿਊਸ਼ਨ ਆਇਆ ਜੀ, ਉਹਨਾਂ ਦਾ ਵੀ ਸ਼ੁਕਰੀਆ। ਰਮਨੀਕ ਸਿੰਘ ਹੋਰਾਂ ਦਾ ਆਇਆ ਕੰਟਰੀਬਿਊਸ਼ਨ, ਸ਼ੁਕਰੀਆ ਜੀ। ਬਿੱਟੂ ਸਿੱਧੂ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ ਸਾਰਿਆਂ ਦਾ, ਸ਼ੁਕਰਾਨਾ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮਿੰਟੂ ਜੀ, ਉਮੀਦ ਕਰਦੇ ਹਾਂ ਵੀ ਟੋਲਰੈਂਸ ਵਾਲੀ ਗੱਲ ਜਿਹੜੀ ਹੈ ਤੁਹਾਡੀ ਸਾਰੇ ਸਮਝਣਗੇ, ਦਰਸ਼ਕ ਉਸ 'ਤੇ ਅਮਲ ਵੀ ਕਰਨਗੇ, ਕਿਉਂਕਿ ਸਭ ਤੋਂ ਜ਼ਰੂਰੀ ਅੱਜ ਕੱਲ੍ਹ ਟੋਲਰੈਂਸ ਹੈ ਨਹੀਂ, ਹੁਣ ਘੱਟ ਰਹੀ ਆ ਟੋਲਰੈਂਸ। ਘਰੇਲੂ ਰਿਸ਼ਤੇ ਆ ਜੀ, ਚਾਹੇ ਉਹ ਸਮਾਜਿਕ ਰਿਸ਼ਤੇ ਆ, ਜਿੱਥੇ ਵੀ ਕਿਤੇ ਆ, ਸਹਿਨਸ਼ੀਲਤਾ ਬੜੀ ਜ਼ਰੂਰੀ ਚੀਜ਼ ਹੋ ਗਈ ਆ। ਪਰ ਇੱਕ ਚੀਜ਼ ਤੁਸੀਂ ਦੇਖੋ, ਇਰਾਨ ਜੀ ਕੱਟੜ ਮੁਲਕ ਸੀ, ਉੱਥੇ ਕੌਣ ਜਿੱਤਿਆ ਇਲੈਕਸ਼ਨ 'ਚ ਜੀ? ਫਰਾਂਸ ਦੇ ਵਿੱਚ ਉਹ ਬੀਬੀ ਜਿਹੜੀ ਸੀ ਲੀ ਪੈਨ ਜੀ, 3 ਨੰਬਰ 'ਤੇ ਆ ਗਈ, ਕੱਟੜ ਸੀ ਜੀ। ਹੁਣ ਡੋਨਲਡ ਟਰੰਪ ਦਾ ਪਤਾ ਨਹੀਂ ਕੀ ਬਣੇਗਾ, ਯਾਨੀ ਉਬਾਲ ਆ ਕੇ ਹੌਲੀ 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 ਬਿਲਕੁਲ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਸਮਝ ਜਾਂਦੇ ਆ, ਤਾਂ ਸਾਨੂੰ ਵੀ ਵੇਲੇ ਨਾਲ ਸਮਝਣਾ ਚਾਹੀਦਾ। ਮੇਰਾ ਮੰਨਣਾ ਇਹ ਆ ਕਿ ਬਈ
ਪੰਜਾਬ ਜਿਹੜਾ ਸਾਰਿਆਂ ਦਾ ਆ ਜੀ, ਆਪਣਾ ਸਾਰਿਆਂ ਦਾ ਜਦੋਂ ਆਪਾਂ ਕਹਿੰਦੇ ਹਾਂ ਇੱਥੇ ਰਹਿਣ ਵਾਲੇ ਤਾਂ ਇਹਨੂੰ ਪੀਸਫੁੱਲ ਹੀ ਰਹਿਣ ਦਈਏ। ਹਾਲਾਂਕਿ ਚਲੋ ਇੰਨੀ ਕੋਈ ਇੰਸਰਜੈਂਸੀ ਸਾਡੇ ਇੱਥੇ ਕਿਹੜਾ ਹੈਗੀ ਆ ਜੀ, ਪਰ ਅਸੀਂ ਕਹਿੰਦੇ ਕਿ ਨਹੀਂ, ਮਤਲਬ ਕਿ ਜੋ ਵੀ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਆ, ਇੱਕਾ ਦੁੱਕਾ ਹੀ ਘਟਨਾਵਾਂ ਵਾਪਰਦੀਆਂ ਜਾਂ ਕਿਲਿੰਗ ਕਿਤੇ ਹੋ ਜਾਂਦੀਆਂ ਨੇ, ਤਾਂ ਸਾਨੂੰ ਮਤਲਬ ਕਿ ਦੁੱਖ ਲੱਗਦਾ ਆ ਜੀ ਜੀ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਠੀਕ ਆ, ਵਿਚਾਰ ਚਰਚੇ ਸਦਾ ਤੋਂ ਚੱਲਦੇ ਆਏ, ਵੱਖਰੇਵੇਂ ਚੱਲਦੇ ਆਏ ਆ ਜੀ, ਪਰ ਇੱਕ ਤਾਂ ਇਹ ਨਾ ਹੁਣ ਮਸਲਾ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਹੈ ਨਾ ਜੀ, ਉਹ ਵਿਗੜ ਗਿਆ। ਕਿਤੇ ਤਾਂ ਤਿੱਥ ਤਿਉਹਾਰ ਸਾਡੇ ਸਾਂਝੇ ਸੀ, ਅੱਜ ਕੱਲ੍ਹ ਮਿੱਥ ਕੇ ਇੱਕ ਦੂਜੇ 'ਤੇ ਨਿਸ਼ਾਨੇ ਲਾਏ ਜਾਂਦੇ ਤਿੱਥ ਤਿਉਹਾਰਾਂ 'ਤੇ। ਬਿਲਕੁਲ ਬਿਲਕੁਲ, ਜਦਕਿ ਮੇਰਾ ਮੰਨਣਾ ਯਾਰ ਕਿ ਤਿੱਥ ਤਿਉਹਾਰ ਜਿਹੜੇ ਆ ਖੁਸ਼ੀਆਂ ਦੇ ਸਬੱਬ ਹੁੰਦੇ ਆ। ਮੈਂ ਪਹਿਲਾਂ ਨਹੀਂ ਸੀ ਮੰਨਦਾ ਜੀ, ਤੁਸੀਂ ਮੰਨੋਗੇ ਕਿ ਮੈਂ ਵਿਆਹ ਤੱਕ ਕਦੇ ਆਪਣਾ ਬਰਥਡੇ ਨਹੀਂ ਸੀ ਮਨਾਇਆ, ਪਰ ਬਾਅਦ ਦੇ ਵਿੱਚ ਜਦੋਂ ਸਮਝੇ ਯਾਰ ਕਿ ਯਾਰ ਇਹ ਖੁਸ਼ੀ ਦੇ ਬਹਾਨੇ ਹੀ ਹੁੰਦੇ ਆ। ਬਿਲਕੁਲ, ਮਰਨਾ ਤਾਂ ਸਭ ਨੂੰ, ਜੇ ਬਰਥਡੇ ਨਾ ਮਨਾਓਗੇ ਤਾਂ ਕਿਹੜਾ ਅਮਰ ਹੋ ਜਾਓਗੇ ਜੀ ਜੀ ਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਯਾਰ ਮਤਲਬ ਅਸੀਂ ਜਦੋਂ ਕਰਦੇ ਹਾਂ ਕਿਸੇ ਸਮਾਜ ਪ੍ਰਤੀ, ਕੋਈ ਚਲੋ ਕੋਈ ਗਲਤ ਇੱਕ ਸ਼ਖਸ ਹੁੰਦਾ, ਕੋਈ 10 ਹੋ ਸਕਦੇ ਆ, 20 ਹੋ ਸਕਦੇ, ਤੁਸੀਂ ਆਹ ਦੇਖੋ ਜਿਹੜੇ ਹਿੰਦੂ ਲੀਡਰ ਨੇ ਕਿ ਸਾਰੇ ਹਿੰਦੂ ਸਮਾਜ, ਪੰਜਾਬੀ ਹਿੰਦੂ ਸਮਾਜ ਦੀ ਗੱਲ ਕਰਦੇ ਕਿ ਸਰ ਪ੍ਰਵਾਨਿਤ ਨੇ, ਜਾਂ ਜਿਹੜੇ ਸਿੱਖਾਂ ਵੱਲੋਂ ਬੋਲਦੇ ਸਰ ਪ੍ਰਵਾਨਿਤ ਨੇ ਜੀ। ਪਰ ਜਦੋਂ ਇੱਦਾਂ ਦੀਆਂ ਗੱਲਾਂ ਤੋਂ ਅੱਗੇ ਵੱਧਦਿਆਂ ਅਸੀਂ ਸਾਰੀ ਕਿਸੇ ਮਤਲਬ ਕਿ ਭਾਈਚਾਰੇ 'ਤੇ ਕੋਈ ਗੱਲ ਸੁੱਟ ਦਿੰਦੇ ਹਾਂ, ਜਾਂ ਉਹਨਾਂ ਨੂੰ ਇੱਦਾਂ ਬੋਲਣ ਲੱਗ ਪੈਂਦੇ ਹਾਂ, ਕੋਈ ਮੂਤ ਪੀਣਾ ਕਹਿ ਦਿੰਦਾ, ਕੋਈ ਇਹਨਾਂ ਨੂੰ ਕਹਿ ਦਿੰਦਾ, ਉਹ ਚੀਜ਼ ਠੀਕ ਨਹੀਂ ਹੈ। ਖਾਸ ਤੌਰ 'ਤੇ ਸੋਸ਼ਲ ਮੀਡੀਆ ਨੇ ਜ਼ਿਆਦਾ ਕੰਮ ਜਿਹੜਾ ਨਾ ਮੰਗਾ ਦਿੱਤਾ ਜੀ ਜੀ। ਵੈਸੇ ਚਲੋ ਇਹ 60ਵੇਂ 'ਚ ਵੀ ਕੰਮ ਚੱਲਿਆ, ਵੈਸੇ ਬੇੜਾ ਗਰਕ 'ਤੇ ਸਿਆਸਤ ਨੇ ਕੀਤਾ ਜੀ ਜੀ, ਕਿ 50ਵੇਂ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਅਕਾਲੀ ਵੀ ਕਦੇ ਇਕੱਠੇ ਹੋ ਜਾਂਦੇ ਸਨ, ਕਦੇ ਦੂਰ ਹੋ ਜਾਂਦੇ ਸਨ ਜੀ, ਇਹਨਾਂ ਦੇ ਅਲਾਇੰਸ ਬਣਦੇ ਰਹੇ। ਤੇ ਇਸੇ ਤਰ੍ਹਾਂ ਹਿੰਦੂ ਸਿੱਖਾਂ ਦੇ ਵਿੱਚ ਬੜਾ ਏਕਾ ਸੀ, ਪਰ ਹੌਲੀ ਹੌਲੀ ਰਾਜਨੀਤੀ ਨੇ ਇੱਥੇ ਉਹ ਜ਼ਹਿਰ ਬੀਜਿਆ, ਜਿਹੜਾ ਕਿ ਤੁਸੀਂ ਦੇਖ ਲਓ ਕਿ ਹੁਣ ਤੇ ਬੜਾ ਹੀ ਜ਼ਿਆਦਾ ਹੋ ਗਿਆ ਜੀ। ਆਪਾਂ ਕੁਛ ਰਲੇ ਮਿਲੇ ਕਮੈਂਟ ਵੀ ਲੈ ਲਈਏ ਜੀ ਜੀ। ਬਿੱਕਰ ਸਿੰਘ ਕਹਿੰਦੇ ਕਿ ਸ਼ਰਤ ਲਾਉਣੀ ਚਾਹੀਦੀ ਹੈ ਜੋ ਵੀ ਕੋਈ ਭੜਕਾਊ ਤਰ੍ਹਾਂ ਦੇ ਬਿਆਨ ਦਿੰਦਾ ਹੈ। ਅਸੀਂ ਤਾਂ ਚਲੋ ਦੇਖੋ, ਆਪਾਂ ਕੋਈ ਜੱਜ ਨਹੀਂ ਹੈਗੇ, ਆਪਾਂ ਤਾਂ ਅਪੀਲ ਕਰ ਸਕਦੇ ਹਾਂ ਕਿ ਦੋਵਾਂ ਪਾਸਿਆਂ ਤੋਂ ਹੀ ਇਹ ਬਿਆਨਬਾਜ਼ੀ ਜਿਹੜੀ ਹੈ ਨਾ, ਅੱਛਾ ਬੰਦ ਨਹੀਂ ਮੈਂ ਕਹਿੰਦਾ ਕਿ ਬਿਆਨਬਾਜ਼ੀ ਕਰੋ ਯਾਰ ਜੀ ਜੀ, ਤਾਰਕਿਕ ਕਰੋ, ਤਰਕ ਸੰਗਤ ਕੋਈ ਗੱਲਬਾਤ ਹੈ ਕਰੋ ਜੀ। ਕੋਈ ਮਤਲਬ ਕਿ ਇਤਿਹਾਸ ਦੇ ਝਰੋਖੇ 'ਚ ਕੋਈ ਪ੍ਰਤੀਕਰਮ ਦਿੰਦਾ, ਉਹਦਾ ਕਾਟਵਾਂ ਰੂਪ ਤੁਹਾਡੇ ਕੋਲ ਹੈ ਤਾਂ ਦਿਓ ਯਾਰ। ਬਿਲਕੁਲ ਬਿਲਕੁਲ, ਠੀਕ ਹੈ ਨਾ, ਉਸ ਚੀਜ਼ਾਂ ਹੈਗੀਆਂ ਨੇ ਜੈਨੂਇਨ ਚੀਜ਼ਾਂ ਜਿਹੜੀਆਂ ਕਰੋ, ਲੋਕਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ, ਕੌਣ ਗਲਤ ਕੌਣ ਸਹੀ ਨਿਰਣਾ ਕਰਨ ਜੀ ਜੀ। ਪਰ ਜਦੋਂ ਮਿੱਥ ਕੇ ਗਾਂ ਫਿਰ ਧੀਆਂ ਭੈਣਾਂ 'ਤੇ ਤੁਰਿਆ ਜਾਂਦਾ ਹੈ, ਜਦੋਂ ਅਸੀਂ ਇੱਕ ਦੂਜੇ ਦੇ ਮਤਲਬ ਕਿ ਸੈਂਟੀਮੈਂਟ ਨਹੀਂ ਸਮਝਦੇ, ਭਾਵਨਾਵਾਂ ਜਿਹੜੀਆਂ ਉਹ ਫਿਰ ਤੁਹਾਨੂੰ ਪਤਾ ਹੀ ਆ। ਅਤੇ ਦੂਜੀ ਗੱਲ ਇਹ ਕਿ ਹਾਂ, ਕਾਨੂੰਨ ਤੁਹਾਡੇ ਕੋਲ ਹੈਗਾ ਹਾਲੇ ਜੀ, ਉਹਦੇ ਤਹਿਤ ਹੀ ਜੇ ਕਿਸੇ 'ਤੇ ਕਾਰਵਾਈ ਕਰਾਉਣੀ ਆ ਉਹ ਕਰੋ, ਪਰ ਜੋ ਆਹ ਡਾਂਗ ਸੋਟਾ ਚੱਲਣ ਲੱਗ ਪਿਆ ਜੀ, ਇਹ ਚੀਜ਼ ਮਾੜੀ ਆ ਜੀ ਜੀ ਜੀ। ਨਾਜ਼ਰ ਜੀ, ਤੁਹਾਡਾ ਨਾਮ ਲੈਣ ਦਾ ਵੀ ਮੈਨੂੰ ਮਸਾਂ ਤੁਸੀਂ ਮੌਕਾ ਦਿੱਤਾ ਹੈ। ਟੋਲਰੈਂਸ ਅਸੀਂ ਵੈਸੇ ਸ਼ਬਦ ਵਰਤ ਹੀ ਲਿਆ, ਸਹਿਨਸ਼ੀਲਤਾ ਦੀ ਗੱਲ ਕਰ ਰਹੇ ਹਾਂ ਜੀ। ਹਾਂਜੀ ਹਾਂਜੀ, ਉਹ ਹੀ ਜੀ ਜੀ ਜੀ। ਗੁਲਾਲ ਸਿੰਘ ਕੰਗ ਦਾ ਇੱਕ ਮੈਸੇਜ ਹੈ ਜੀ, ਕਹਿੰਦੇ ਸੁਰ ਸਿੰਘ ਵਾਲੇ ਨਿਹੰਗ ਬਾਬਾ ਅਵਤਾਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਦੇ ਮਾਤਾ ਜੀ ਆਪਣੇ ਮੁੰਡਿਆਂ ਖਿਲਾਫ਼ ਬੋਲ ਰਹੇ ਆ, ਕੋਈ ਵਿਆਖਿਆ ਕਰੋ ਇਸ ਚੀਜ਼ ਬਾਰੇ, ਕੋਈ ਧਿਆਨ 'ਚ ਹੈ ਉਹਨਾਂ ਦਾ? ਦੇਖੋ, ਇੱਕ ਤਾਂ ਗੁਰਬਚਨ ਸਿੰਘ ਵੀ ਇਹਨਾਂ ਦੇ ਹੈਗੇ ਨੇ ਮੈਨੂੰ ਲੱਗਦਾ ਭਰਾਤਾ ਜੀ ਇਹਨਾਂ ਦਾ ਨਾ। ਦੇਖੋ, ਇਹ ਜਿਹੜੇ ਹੈਗੇ ਨੇ ਬਾਬਾ ਅਵਤਾਰ ਸਿੰਘ ਜੀ, ਇਹ ਸਾਡੇ ਇੱਥੇ ਹੀ ਵਿਆਹੇ ਨੇ ਜੀ। ਆਹ ਜਿਹੜਾ ਪਿੰਡ ਹੈ ਨਾ ਡਬਲ ਟਾਪ ਪਿੰਡ, ਡਬਲ ਟਾਪ 'ਤੇ ਸਾਡਾ ਪਿੰਡ ਇੱਕੋ ਗੱਲ ਹੀ ਕੋਈ ਕੋਈ। ਹਾਂਜੀ, ਅਸੀਂ ਇਹਨਾਂ ਨੂੰ ਬਚਪਨ ਤੋਂ ਵੇਖਿਆ ਜੀ। ਠੀਕ ਹੈ ਜੀ, ਜੋ ਬਾਬਾ ਦਇਆ ਸਿੰਘ ਜੀ ਸੀਗੇ ਜੀ, ਉਹਨਾਂ ਦੇ ਸਹੁਰਾ ਪਰਿਵਾਰ ਵੀ ਇੱਥੇ ਆ ਕੇਰੇ ਜੀ। ਤਾਂ ਮਤਲਬ ਕਿ ਉਸ ਤੋਂ ਬਾਅਦ ਹੁਣ ਇਹ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ
ਬਈ ਇਹਨਾਂ ਦਾ ਆਪਸ ਦੇ ਵਿੱਚ ਜਿਵੇਂ ਭਰਾਵਾਂ ਦਾ ਹੁੰਦਾ ਜੀ, ਤਾਂ ਇੱਦਾਂ ਹੀ ਧਾਰਮਿਕ ਜਿਹੜੇ ਨੇ ਬੰਦੇ ਉਹਨਾਂ ਦਾ ਵੀ ਜਾਇਦਾਦਾਂ ਦਾ ਤਾਂ ਹੁੰਦਾ ਹੀ ਆ ਨਾ ਜੀ ਜੀ। ਉਹ ਰੌਲਾ ਮੈਂ ਮਤਲਬ ਕਿ ਸਾਲ ਦੋ ਸਾਲ ਤੋਂ ਸੁਣਿਆ, ਇੱਕ ਵਾਰੀ ਝਗੜਾ ਵੀ ਕਾਫੀ ਹੋਇਆ ਸੀਗਾ ਸ਼ਾਇਦ ਪੱਟੀ ਦੇ ਵਿੱਚ ਜੀ, ਤੇ ਇਹਨਾਂ ਚੀਜ਼ਾਂ ਦਾ ਹੈ। ਬਾਕੀ ਮੈਨੂੰ ਅੱਜ ਦੇ ਦਿਨ ਦਾ ਨਹੀਂ ਪਤਾ ਕਿ ਕੀ ਇਹਦੇ 'ਚ ਅਪਡੇਸ਼ਨ ਆ ਜੀ, ਤਾਂ ਉਹ ਝਗੜਾ ਜ਼ਰੂਰ ਇਹਨਾਂ ਦਾ ਚੱਲਦਾ, ਪਰਿਵਾਰਕ ਝਗੜਾ ਜ਼ਰੂਰ ਚੱਲਦਾ ਜੀ, ਉਹ ਸੁਣੀਦਾ ਹੈ ਜੀ।